हाँ जी, सत श्री अकाल जी सारे नू, स्वागत है थोड़ा साडे चैनल दे विच, नवे ब्लॉग दे विच। उम्मीद है तुसीं कैंट होवोगे, कैंट ही होना वधिया गल है कैंट। ते इधर साडे पिंड दा सारा स्टाफ बैठा, इधर साडे किसान यूनियन दे प्रधान साहब बैठे ने, इधर साडे पिंड दे जे तू नहर च नहाएगा फिर सूए च भी नहाएंगे। किधर रहन लगे यार तू? कौन तू? मैं बई जे तंग ना कली जान सौ स्यापे ओ काम हुण मैंने कदे खेत भी जाना कदे पटियाले भी जाना। ओ की कह रहे पिछे कहंदा इहदी घर वाली भज गई। ओ भज्जू कित्थे डिंग ते ना मेरे सौरे ने मेरे तुक्के लिओ मैं जाके तेरा ए तू दस तेरे कित्थे ने सौरे दसी। फ्रूट वगैरा ले जाना पवे, पर जे जोधे नूं फ्रूट वगैरा ले जाने इथों दी भी लंघ सकदा ए तो ले जा सकदा। भाई फिर ओह कड़ा इथों दी आउंदे ने, जे तां ओह इथों दी आवण फिर तां मैं वी इथों दी जावां। समझ गया भाई, हथ नूं हथ है। चल वधिया, फिर गाना भी इक्के चलदा है, बस इक तां नहीं चलदा होणा पूरा। कित्ते चलदा, गड्डी दा पंजवां गियर नहीं पैंदा यार जदी सौरे आ जांदे ने। दस मौज भी है भाई, अगले ब्लॉग च दसांगे मेरे सौरे किथे ने, असीं इक्को स्कूल च पढ़दे आ। ਤੇ ਤੁਹਾਨੂੰ ਇੱਕ ਨਾ ਐਡੀ ਗੱਲ ਤਕੜੀ ਦੱਸਾਂਗੇ ਜੋਦੇ ਦੇ ਨਾਲ, ਜੋਦੇ ਤੇਰੀ ਵਾਈਫ ਨਾਲ ਹੋਈ ਹੈ ਨਾ, ਜੋਦੇ ਫੇਰ ਦੱਸਾਂਗੇ, ਪਰ ਪੂਰੀ ਘੈਂਟ ਫਨੀ ਗੱਲ ਸੀ। ਅਸੀਂ ਕਿੱਥੇ ਪੜਦੇ ਨੇ ਭਾਈ, ਇਕੱਠੇ ਪੜਦੇ ਨੇ, ਕਿਹੜਾ ਸਾਡਾ ਸਕੂਲ ਸੀ, ਕਿਵੇਂ ਸਾਡਾ ਵਿਆਹ ਹੋਇਆ, ਕਿਵੇਂ ਵਿਆਹ ਹੋਇਆ। ਤੁਸੀਂ ਦੂਰੇ ਹੋ ਜਾਓਗੇ ਜਾਂ ਤੁਹਾਨੂੰ ਮੈਂ ਦੱਸਤਾ ਵੀ ਕਿਵੇਂ ਵਿਆਹ ਹੋਇਆ। ਇਹ ਗੱਲ ਅਸੀਂ ਸ਼ੁਰੂ ਤੋਂ ਵੈਸੇ ਤੁਹਾਨੂੰ ਦੱਸਣੀ ਚਾਹੁੰਦੇ, ਪਰ ਹਾਲੇ ਅਸੀਂ ਦੱਸ ਨਹੀਂ ਰਹੇ ਸੀ ਵੀ ਇਹ ਇੱਕ ਅਲੱਗ ਜਿਹਾ ਵਲੌਗ ਹੀ ਬਣਾਵਾਂਗੇ, ਉਹਦੇ ਵਿੱਚ ਦੱਸਾਂਗੇ, ਕਿਉਂਕਿ ਪੂਰਾ ਸਿਰਾ ਗੱਲ ਹੈ। ਤੇ ਚਲੋ ਜੀ, ਮਿਲਦੇ ਅੱਗੇ, ਫਿਰ ਅਸੀਂ ਪੀ ਲਿਆ ਜੂਸ ਮਾੜਾ ਜਾ, ਹਾਂ ਫਿਰ ਕਰਦੇ ਹਾਂ ਗੱਲ ਤੁਹਾਡੇ ਨਾਲ। ਚਲੋ ਠੀਕ ਹੈ, ਓਕੇ ਬਾਏ। ਤੇ ਟਾਈਮ ਹੋ ਗਿਆ 12:16, ਤੇ ਅਸੀਂ ਤਿਆਰ ਵਿਆਰ ਹੋਏ ਖੜੇ ਹਾਂ। ਤਿਆਰ ਵਿਆਰ ਕਾਹਤੋਂ ਹੋਏ ਵੈਸੇ ਆਪਾਂ? ਹੈਂ, ਰੀਲ ਬਣਾ ਰਹੇ ਸੀਗੇ ਇੰਸਟਾਗ੍ਰਾਮ ਲਈ। ਤੇ ਇਹਦਾ ਆਹ ਸੂਟ ਦੇਖੋ ਕਿੰਨਾ ਸੋਹਣਾ, ਇਹ ਸੂਟ ਤੁਸੀਂ ਪਾਏ ਪਹਿਲਾਂ ਦੇਖਿਆ ਕਿਸੇ ਨੇ ਪਾਇਆ ਹੋਇਆ? ਅੱਜ ਮੈਂ ਤੋਂ ਨਹੀਂ, ਮੈਨੂੰ ਤਾਂ ਨਹੀਂ ਲੱਗਦਾ। ਜਿਹੜੇ ਜਾਣਦੇ ਨੇ ਉਹਨਾਂ ਨੇ ਦੇਖੋ, ਉਹ ਨਹੀਂ ਵਲੌਗ ਵਾਲੇ, ਵਲੌਗ ਵਾਲੇ ਹੁਣ ਸਾਰੇ ਜਾਣਦੇ ਨੇ ਵਲੌਗ ਵਾਲੇ। ਤੇ ਤੁਸੀਂ ਦੇਖੋ ਅੱਜ ਇਹ ਤੋਂ ਮੈਂ ਨਹੀਂ ਦੇਖਿਆ, ਮਾਸੀ ਦੇ ਉੱਥੇ ਗਏ ਸੀਗੇ ਜਦੋਂ ਪੜੀ। ਅੱਛਾ, ਉੱਥੇ ਪਾਇਆ ਸੀਗਾ ਤੂੰ, ਮੈਨੂੰ ਨਹੀਂ ਯਾਦ ਹੈਗਾ, ਪਰ ਅੱਜ ਮੈਂ ਕਢਾਇਆ ਇਹ ਸੂਟ ਇੱਕ ਧੱਕੇ ਨਾਲ ਰੀਲਾਂ ਲਈ। ਇੱਕ ਹੋਰ ਵੀ ਕਢਾਓ ਕਿੱਥੇ, ਜਿਹੜਾ ਇੱਕ ਹੋਰ ਕਿਹਾ ਸੀ ਤੈਨੂੰ ਮੈਂ, ਮੈਂ ਨਾ ਕੱਲ੍ਹ ਪਰਸੋਂ ਇੰਸਟਾਗ੍ਰਾਮ ਤੇ ਫੋਟੋ ਪਾਈ ਸੀਗੀ, ਉਹ ਜਿਹੜਾ ਸਾਡੇ ਪ੍ਰੀ ਸ਼ੂਟ ਕਰਵਾਇਆ ਹੋਇਆ ਸੀ ਉਹਦੀ, ਉਹ ਮੈਂ ਦੇਖਾਂ ਵੀ ਇਹ ਸੂਟ ਵੀ ਹੈਗਾ, ਮੈਂ ਹਾਂ ਸੂਟ ਕੱਢ ਪਹਿਲਾਂ ਵੀ ਉਹਦੇ ਨਾਲ ਰੀਲ ਬਣਾਵਾਂਗੇ, ਇੰਨਾ ਸੋਹਣਾ ਸੂਟ। ਇਹਨੂੰ ਬਸ ਨਾ ਐਵੇਂ ਹੁੰਦਾ ਵੀ ਨਵਾਂ ਸੂਟ ਮੈਂ ਕੱਢਾਂ ਨਾ, ਨਵਾਂ ਸੂਟ ਲੁਕੋ ਕੇ ਰੱਖਾਂ, ਹੈਨਾ। ਕਿਤੇ ਜਾਣਾ ਤਾਂ ਹੁੰਦਾ ਨਹੀਂ ਤਾਂ, ਰੀਲਾਂ ਵਗੈਰਾ ਜਿਹੜੇ ਘੱਗਰੇ ਕਿਵੇਂ ਲਹਿੰਗੇ ਲੂੰਗੇ ਪਾਈ ਫਿਰਦੇ ਹੁੰਦੇ ਨੇ ਇੱਕ ਰੀਲਾਂ ਬਣਾਉਣ ਪਿੱਛੇ ਕੌਲੀ ਆ। ਹੁਣ ਦੇਖ ਮੈਂ ਘਰੇ ਤਾਂ ਮੈਂ ਤਿਆਰ ਹੋਇਆ ਖੜਾ, ਇਸ ਤੋਂ ਪਹਿਲਾਂ ਮੈਂ ਕੰਮ ਜਾ ਕੇ ਆਈ, ਉੱਥੇ ਮੈਂ ਕੀ ਕਹਿੰਦੀ ਟੀ ਸ਼ਰਟ ਤੇ ਸ਼ੋਰਟ ਦੇ ਵਿੱਚ, ਆਹ ਚੱਕਰ ਨੇ। ਤੇ ਚਲੋ ਜੀ, ਮਿਲਦੇ ਹੁਣ ਆਪਾਂ ਅੱਗੇ, ਇੱਕ ਦੋ ਰੀਲ ਬਣਾ ਲਈਏ ਇੰਸਟਾਗ੍ਰਾਮ ਤੇ, ਜਿਹੜਾ ਇੰਸਟਾਗ੍ਰਾਮ ਤੇ ਐਡ ਨਹੀਂ ਹੈਗਾ ਉੱਥੇ ਆ ਜਾਓ ਸਾਰੇ, harman.jatwan। ਮਿਲਦੇ ਹਾਂ ਜੀ ਅੱਗੇ। ਲਓ ਜੀ, ਤੇ ਟਾਈਮ ਹੋ ਗਿਆ 1:05, ਤੇ ਹੁਣ ਅਸੀਂ ਚੱਲੇ ਹਾਂ ਨਾਨਕੇ। ਕਿਉਂ ਮੰਮੀ, ਕਿੱਥੇ ਚੱਲੇ ਹਾਂ ਤੂੰ? ਪੇਕੇ ਪਿੰਡ ਤੇਰੇ? ਹੁਣ ਚੱਲਿਆ ਮੰਮੀ ਦੇ ਪਿੰਡ ਅਸੀਂ ਮਿਲਣ, ਤੇ ਫਿਰ ਮਿਲਦੇ ਅੱਗੇ ਜਾ ਕੇ। ਅੱਜ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ, ਬਹੁਤ ਜ਼ਿਆਦਾ। ਹੁਣ ਤਾਂ ਵੀ ਮਤਲਬ ਹੈ ਨਾ, ਜੇ ਰੱਬ ਨੇ ਮੀਂਹ ਨਾ ਪਾਇਆ ਜੀਰੀਆਂ ਦਾ ਵੀ ਔਖੀ ਹੋ ਜਾਊਗਾ ਨਾ। ਜੀਰੀਆਂ 'ਚ ਬਾਈ ਕਿਸੇ ਦੇ ਵੀ, ਮੈਨੂੰ ਤਕਰੀਬਨ ਹੁਣ ਜੀਰੇ ਵੀ ਮੈਂ ਜੀਰੀਆਂ ਦੇਖਦਾ, ਕਿਸੇ ਦੇ ਵੀ ਪਾਣੀ ਪੂਰਾ ਨਹੀਂ ਹੈਗਾ, ਕਿਉਂਕਿ ਮੀਂਹ ਤੋਂ ਬਿਨਾਂ ਜੀਰੀ ਲੱਗਣੀ ਉਹ ਨਹੀਂ ਹੈਗੀ। ਜੇ ਹੁਣ ਰੱਬ ਵੀ ਨਹੀਂ ਮੀਂਹ ਪਾ ਰਿਹਾ, ਬਹਿਰੀ ਹੋਇਆ ਬਹਿਮੋਦੀ ਵਾਂਗੂ ਰੱਬ ਵੀ, ਜੱਟਾਂ ਦਾ, ਕਿਸਾਨਾਂ ਦਾ, ਸਾਰੇ ਵੀ ਜਿਹੜੇ ਵੀ ਆਪਣੇ ਵੀਰ ਕਿਸਾਨੀ ਕਰਦੇ ਨੇ, ਸਭ ਦਾ ਬਹਿਰੀ ਹੋਇਆ ਪਿਆ। ਅਤੇ ਚਲੋ ਮਿਲਦੇ ਹਾਂ ਜੀ ਅੱਗੇ। ਮੀਂਹ ਵੀ ਫਿਰ ਉਦੋਂ ਹੀ ਪੈਂਦਾ ਹੁੰਦਾ ਜਦੋਂ ਵੀ ਫਸਲ ਖਰਾਬ ਕਰਨੀ ਹੁੰਦੀ ਹੈ, ਹੈ ਨਾ। ਹਾਂ,
ਫਿਰ ਹਟਦਾ ਨਹੀਂ। ਹੁਣ ਬਹੁਤ ਲੋਡ ਆ ਮੀਂਹ ਦੀ ਬਹੁਤ ਜ਼ਿਆਦਾ। ਚਲੋ ਮਿਲਦੇ ਆ ਜੀ ਅੱਗੇ ਜਾ ਕੇ। ਲਓ ਜੀ ਟਾਈਮ ਹੋ ਗਿਆ 4:52 ਤੇ ਮੈਂ ਆਪਣੇ ਨਾਨਕੇ ਖੇਤ ਤੁਹਾਨੂੰ ਨਾਨਕੇ ਦਾ ਖੇਤ ਟੂਰ ਕਰਾਉਣੇ ਅੱਜ। ਖੇਤ ਆਏ ਸੀਗੇ ਤੇ ਇੱਧਰ ਸੋਨੀ ਵੀਰਾ ਕਰ ਦਿਓ ਵੀਰ ਜੀ ਹੱਥ ਖੜਾ ਜਾਣਦੇ ਹੋ ਤੇ ਇੱਧਰ ਆਪਣਾ ਕਰਮਨ ਭਤੀਜਾ ਤੇ ਇੱਥੇ ਕਰਮਨ ਕੱਲ੍ਹ ਨਹਾ ਰਿਹਾ ਸੀ ਤੇ ਤੁਹਾਨੂੰ ਦਿਖਾਉਣੇ ਆ ਇੱਥੇ ਫਾਰਮ ਹਾਊਸ ਤੇ ਹੁਣ ਚਵਾਰਾ ਵਗੈਰਾ ਪਾ ਰਿਹਾ ਪੂਰਾ ਵਧੀਆ ਪੂਲ ਵਗੈਰਾ ਬਣਾਉਣਾ ਆ ਤੁਹਾਨੂੰ ਸਾਰਾ ਦਿਖਾਉਣੇ ਆ। ਪਹਿਲਾਂ ਤਾਂ ਆਹ ਤਾਂ ਵੀਰ ਜੀ ਹੈ ਨਾ ਥੋੜ੍ਹਾ ਇਹਨੂੰ ਵੀ ਥੋੜ੍ਹਾ ਟਾਈਮ ਹੀ ਹੋਇਆ ਸੀ ਪੈ ਨੂੰ ਹੈ ਨਾ ਥੋੜ੍ਹਾ ਟਾਈਮ ਹੋਇਆ ਸੀ ਇਹਨੂੰ ਪੈ ਨੂੰ ਤੇ ਇਸ ਦੇ ਉੱਪਰ ਹੁਣ ਪਿੱਛੇ ਕਮਰੇ ਬਣਵਾ ਤਾ ਤੇ ਉੱਪਰ ਬਣਵਾ ਤਾ ਤੇ ਅੱਗੇ ਇੱਧਰ ਜਗ੍ਹਾ ਕਾਫੀ ਰੱਖ ਲਈ ਇੱਥੇ ਪਾਰਕ ਵੀ ਬਣਾਵਾਂਗੇ ਤੇ ਪੂਲ ਵੀ ਬਣਾਵਾਂਗੇ ਇੱਥੇ ਬਹੁਤ ਜਗ੍ਹਾ ਇਹ ਪੂਲ ਤੇ ਪਾਰਕ ਬਣ ਜੂ ਤੇ ਇੱਧਰ ਉੱਪਰ ਚਵਾਰਾ ਚਵਾਰੇ ਦੇ ਉੱਪਰ ਜਾ ਕੇ ਦਿਖਾਉਣੇ ਤੁਹਾਨੂੰ ਆਹ ਕਮਰਾ ਦਿਖਾਉਣੇ ਪਹਿਲਾਂ ਇਹ ਦੇਖੋ ਇੱਥੇ ਪਿਆ ਸਾਰਾ ਸਮਾਨ ਆ ਤੇ ਜਿਹੜੇ ਆਏ ਹੋਏ ਨੇ ਬਈਏ ਉਹਨਾਂ ਦੇ ਟੰਗ ਰਹੇ ਨੇ ਬੈਗ ਬੂਗ ਤੇ ਮਿਲਦੇ ਆ ਦਿਖਾਉਣੇ ਅੱਗੇ ਤੁਹਾਨੂੰ ਜਾ ਕੇ ਪੌੜੀ ਚੜ੍ਹ ਕੇ ਸਿਰਾ ਕੰਮ ਹੋ ਰਿਹਾ ਬਾਬੇ ਉਹਦੇ ਸਿਰਾ ਜਦੋਂ ਤਿਆਰ ਹੋ ਗਿਆ ਨਾ ਤੁਹਾਨੂੰ ਉਸ ਤੋਂ ਬਾਅਦ ਇੱਥੇ ਦਾ ਟੂਰ ਕਰਾਵਾਂਗੇ ਤੁਸੀਂ ਕਹੋਗੇ ਵੀ ਹਾਂ ਹਾਂ ਦੇਖੋ ਤੇ ਇੱਧਰ ਇਹ ਪੈ ਰਿਹਾ ਸਾਡੇ ਲਈ ਕਮਰਾ ਇਹ ਨਾਲ ਬਾਥਰੂਮ ਹੋ ਜੂਗਾ ਅਟੈਚ ਉੱਪਰ ਤੇ ਇੱਥੇ ਏਸੀ ਵਗੈਰਾ ਲਵਾ ਦਾਂਗੇ ਸਾਰਾ ਬੈੱਡਰੂਮ ਵਗੈਰਾ ਐਨ ਵਧੀਆ ਤਿਆਰ ਕਰਾ ਦਾਂਗੇ ਤੇ ਇੱਥੇ ਇੱਕ ਜਿਹੜੀਆਂ ਉਹ ਆਉਂਦੀਆਂ ਨੇ ਟਾਈਲਾਂ ਜੀ ਆਉਂਦੀਆਂ ਨੇ ਨਾ ਸਮਿੰਟ ਦੀਆਂ ਬਣੀਆਂ ਹੋਈਆਂ ਉਹ ਪਟਿਆਲੇ ਤੋਂ ਪਤਾ ਕਰਾਂਗੇ ਉਹ ਬਣਵਾ ਦਾਂਗੇ ਇੱਥੋਂ ਮਤਲਬ ਸਿਰਾ ਹੋ ਜੂ ਕੰਮ ਤੇ ਮਿਸਤਰੀ ਲੱਗ ਰਿਹਾ ਮਿਸਤਰੀ ਪੂਲ ਦਾ ਸਿਸਟਮ ਮਿਸਤਰੀ ਕਿਵੇਂ ਕਰਨਾ ਫਿਰ ਪੂਲ ਦਾ ਸਿਸਟਮ ਦੱਸ ਕਿਵੇਂ ਕਰੀਏ ਫਿਰ ਗਗਨ ਦੀ ਫੇਵਰੇਟ ਜਾਮਣਾ ਲੱਗ ਰਹੀਆਂ ਨੇ ਉਹ ਵੀਰ ਜੀ ਬਹੁਤ ਖਾਂਦੀ ਹੈ ਜਾਮਣ ਬਹੁਤ ਲੱਗ ਰਹੇ ਦੱਸਿਆ ਤੇ ਹੁਣ ਅਸੀਂ ਵੀ ਨਾਨਕੇ ਜਿਹੜੀ ਵਾਦੀ ਜਾਮਣੇ ਜਾਮਣ ਹੱਡੇ ਬਹੁਤ ਮੋਟੀਆਂ ਮੋਟੀਆਂ ਤੇ ਕਰਮਨ ਅੱਜ ਮੇਰੇ ਨਾਲ ਜਾ ਰਿਹਾ ਰਾਜਗੜ੍ਹ ਫਿਰ ਅਸੀਂ ਰੌਣਕਾਂ ਲਾਵਾਂਗੇ ਇਕੱਠੀਆਂ ਤੁਹਾਨੂੰ ਸੁਣਾਵਾਂਗੇ ਕਰਮਨ ਦੀਆਂ ਗੱਲਾਂ ਹੋਰ ਵੀਰ ਜੀ ਮੀਂਹ ਦਾ ਔਖਾ ਹੋਇਆ ਪਿਆ ਨਾ ਬਹੁਤ ਔੜ ਚੱਲ ਰਹੀ ਹੈ ਯਾਰ ਕਿੰਨੇ ਕਿੱਲੇ ਰਹਿ ਗਏ ਬਸ 2 ਕਿੱਲੇ ਰਹਿ ਗਏ ਆ ਤਕਰੀਬਨ ਨਿਬੜ ਗਿਆ ਸਾਰਾ ਸੁੱਕਣਾ ਚਲੋ ਪਾਣੀ ਤਾਂ ਵੀਰ ਜੀ ਵਧੀਆ ਪਿਆ ਹੋਇਆ ਹਨਾ ਰਾਜਗੜ੍ਹ ਆ ਜਾ ਤੂੰ ਨਾ ਰਾਜਗੜ੍ਹ ਉੱਥੇ ਲਵਾਉਣੇ ਫਿਰ ਚੱਲ ਆ ਜਾ ਮੈਂ ਹੁਣੇ ਬੈਠ ਨਾਲ ਹੁਣ ਤੇਰਾ ਪਰਜੀਰੀ ਦਾ ਸੀਜ਼ਨ ਚੱਲ ਰਿਹਾ ਲੈ ਤੈਨੂੰ ਫਿਰ ਉੱਥੇ ਮੀਟ ਵਾਲਾ ਆਪਾਂ ਦੋ ਹੀ ਆ ਫਿਰ ਨਾਲ ਕਰਮਨ ਆਪਣੇ ਹਾਂ ਬਾਈ ਕਾਕੇ ਠੀਕ ਹੈ ਚਲੋ ਵਧੀਆ ਵਧੀਆ ਚੱਕ ਲਿਆ ਸੀ ਬਾਈ ਕਾਕਾ ਦਾ ਕਹਿੰਦਾ ਰੇੜੇ ਨੇ ਅੱਜ ਹੋ ਠੀਕ ਆ ਚੱਲ ਆਇਆ ਚੱਲਾਂ ਤੈਨੂੰ ਵੀ ਰਾਜਗੜ੍ਹ ਅੱਜ ਰੇੜੇ ਨੇ ਚੱਕ ਲਿਆ ਨਵਾਂ ਬੰਦਾ ਸਾਡਾ ਓਹਦਾ ਨਾਮ ਵੀ ਕਾਕਾ ਹੁਣ ਦੇਖ ਲਾ ਕਾਕਾ ਹੋ ਗਿਆ ਤੁਸੀਂ ਗੜਾਸਾ ਕਹਿੰਦੇ ਨੇ ਗੜਾਸਾ ਕੱਖ ਲੱਦ ਰਹਿਣ ਦੇ ਕਹਿੰਦਾ ਓਰੇ ਆ ਓਰੇ ਤੈਨੂੰ ਮਿਲਾ ਦੀਏ ਬਾਕੀ ਸਾਰਿਆਂ ਨੂੰ ਮਿਲਾਇਆ ਹੋਇਆ ਤੂੰ ਰਹਿਣਾ ਕੱਲਾ ਆ ਜਾ ਭੱਜਿਆ ਭੱਜਿਆ ਨਾਉ ਦੱਸ ਤੇਰਾ ਕੀ ਆ ਹਾਂ ਨਾਉ ਦੱਸ ਆ ਕੇ ਤੇਰਾ ਨਾਮ ਕੱਕ ਲਵੇ ਆ ਕੇ ਦੱਸ ਥੋੜਾ ਜਿਹਾ ਨਾਲੇ ਰਹਿੰਦਾ ਹੈ ਚੱਲ ਹੁਣ ਤੈਨੂੰ ਅੱਜ ਤੈਨੂੰ ਵੀ ਮਿਲਾ ਦੀਏ ਬਾਕੀ ਸਾਰਿਆਂ ਨੂੰ ਮਿਲੇ ਹੋਏ ਨੇ ਨਾਮ ਦੱਸ ਚੱਲ ਤੇਰਾ ਕਾਕਾ ਉਹ ਦੂਆ ਨਾਮ ਦੱਸ ਗੜਾਸਾ ਇਹ ਵੀਰ ਜੀ ਕੀ ਗੱਲ ਬਣੀ ਮੈਸੀ ਉੱਥੇ ਵਗ ਗਿਆ ਇਹ ਇੱਥੇ ਆ ਗਿਆ ਹਨਾ
चल तू राजगढ़ दे नजारे दिखावांगे फिर तेनू कोई नी तेनू बुलावांगे अगे कोई फंक्शन करांगे जद आउणा उहना आ जा कर उत्थे पटियाले चलो ठीक है जी लो जी पहुंच गए घरे खेत तो हूं आप चलते हैं अपने घरे 5:11 हो गए फिर उत्थे जाके मिलते हैं थोनू घर दिखाता किस कोई रहिंदा होना बाहर है भाई जे तू दोबारा फिर ब्लॉग देख रहे देख ला भाई जे तेरा घर देख सकदा फिर ये कर रहे ठीक है जी चलो मिलते हैं जी अगे जाके क्यों पौद्या की सेवा हो रही है ते उधर माली खड़े ने क्यों डैडी कप्तान है सुन गया तेनू है सुन गया सुन गया ओ देखो पीछे सनसेट की कहते होंगे बड़ा सोहना आ रही है इधरों फ्रेम जा आ देखो आ जिहड़ा कोठे तो गिरिया सी अपने टुटिया होया यही लमक रहे इहदे विच भी आपां सेरा वेल लमका सकदे सी सेरा वेला आ पईआं ने जिहड़ियां परसों जो उत्थे लिआंदियां सी इहनां विच समार के पा देंगे ना आ सेरा वेला च थोड़ा दुआर पा दी उधर मुड़ के आएंगे चले डैडी फिर चलो जाओ तुसी तो की ले आओगे खान नू जमी है ना आज अठन तक पानी ना पावे ना कल नू जमी तो सुके हो देख लेना अज ही सुक जंदे तो कल ने पाया नहीं हैगा बेला बेला चढ़ती है कल तू बेला बेला चढ़ती है ना बेला तू छड्डिया सी कैंची लिया बढ़ दो धरती लगते देखो धरती च फर्क होंगे बेल का देख है नहीं फिर आले दुआले फैल रही है ना ਬੱਡਣ ਵਾਲੇ ਜਿਹੜੇ ਆਂਦੇ ਆ ਉਹ ਜਿਆਦਾ ਪਤਾ ਉਹ ਪੌਦੇ ਦਾ ਕੀ ਕਮੈਂਟ ਕੀਤਾ ਸੀ ਵੀ
लो जी टाइम हो गया 7:40 ਤੇ ਅੱਜ ਆਪਣੇ ਘਰੇ ਆਏ ਹੋਨੇ ਡਾਕਟਰ ਸਾਹਿਬ ਡਾਕਟਰ ਸਾਹਿਬ ਮੇਰਾ ਚੈੱਕ ਕਰਨਗੇ ਬੀਪੀ ਲੈ ਵੀ ਚੈੱਕ ਕਰ ਬੀਪੀ ਅੱਜ ਜੀ ਨਹੀਂ ਲੱਗਿਆ ਤੇਰਾ ਘਰੇ ਹੈ ਜੀ ਨਹੀਂ ਲੱਗਿਆ ਘਰੇ ਜੀ ਨਹੀਂ ਲੱਗਦਾ ਲੱਗੇ ਮੇਰੇ ਬਿਨਾ ਸਿੱਧੀ ਰੱਖੀ ਇਹਨੂੰ ਕਿੰਨਾ ਹੋ ਸਕਦਾ ਹੈ ਕੀ ਪਤਾ ਦੱਸ ਆਈਡੀਆ ਦੱਸ ਚੱਲ ਦੇਖਦੇ ਆ ਛੇਤੀ ਦੱਸ ਛੇਤੀ 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 ਦੱਸ ਨਾ ਛੇਤੀ ਦੱਸ 100 ਛੇਤੀ ਦੱਸ 30 ਦੱਸ ਦੱਸ ਨਾ ਨਾ ਆ ਕੀ ਆ ਕੀ 30 ਮੈਂ ਕਿਹੜਾ ਦੇਖਿਆ ਆ ਦੱਸ ਚੱਲ ਆਈ ਉੱਪਰਲਾ ਦੱਸ ਕਿੰਨਾ ਛੇਤੀ ਦੱਸ ਉਹ ਹੋ ਗਿਆ 175 डॉक्टर साहब हुण कप्तान दा चेक कर दे शाम हो गई मैं करमन चलिया हम बाहर लो जी टाइम हो गया 8:33 मैं करमन हो पटियाले तो परत चलिया घर आए कहते बच्चे चा हों कुलचे का करमन कहना मैं कुलचा खाना हाँ चल तू कुलचा खा तो चलो जी हूँ आप मिलते हैं घरें जाके गगन मैं कि लग रहा बाऊ बाऊ है उवें लग रहा ना बाऊ ਬਾਊ ਜਿਵੇਂ ਉਹਦੇ ਵਿੱਚ ਬਿੱਗ ਬੌਸ ਚ ਹੁੰਦਾ ਸੀ ਨਾ ਇੱਕ ਬਾਊ ਬਾਊ ਮਾਊ 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 ਆ ਰਹੀ ਰੇਂਜ ਹੁਣ ਦੇਖ ਸਾਡੇ ਦਾ ਪਿੰਡ ਫਿਰ ਬਹੁਤ ਤੇਜ਼ ਹੋਇਆ ਤੇ ਜਸ ਕਰਮਨ ਦਾ ਹੈਗਾ ਟੈਬ ਇਹ ਵਾਈਫਾਈ ਵਾਲਾ ਇੱਥੇ ਕਿੱਥੇ ਵਾਈਫਾਈ ਆ ਤੇ ਚਲੋ ਜੀ ਹੁਣ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਘਾਟਾ ਪੈ ਗਿਆ ਹੈ ਨਾ दो चीजा तो लई फिर एक चीज तो आ जवाकों आ गया नजारा जो भाई आलासा लग दया सब लवे जवाकों को अपने अपने फोन हो गए देख लो क्लासा बंद करके गेम सारिया लाना हूं कोई भी मिस करी नहीं पक्का फिरता बी देखो सा अच्छा चल वधिया फिरता लाया कर पढ़िया कर वधिया अटेंडेंस फुल ਅਟੈਂਡੈਂਸ ਹੈ ਫੁੱਲ ਆ ਕਿਦਾਂ ਨੰਬਰ 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 ਵੀ ਫੁੱਲ ਨੇ ਚਲ ਜੇ ਇੰਚ ਜਾਣਾ ਹੁੰਦਾ ਫਿਰ ਛੁੱਟੀ ਮਾਰ ਲਿਆ ਕਰਦਾ ਯਾਰ ਉਹ ਜਾਣਾ ਸਕੂਲ ਜਾਂਦਾ ਲੱਗੇ ਸੀ ਜਿਹੜੇ 2 ਮਹੀਨੇ ਰੋਜ਼ ਗਏ ਸਾਰੇ ਪੇਪਰ ਮੈਨੇ ਸਾਰੇ ਜਿਹੜੇ ਦੇ ਹੋਏ ਸੀ 5 ਪੇਪਰ ਉਹ ਸਾਰੇ ਆਫਲਾਈਨ ਦਿੱਤੇ ਨੇ ਬਾਕੀ ਜਿਹੜਾ ਫਿਰ ਬਾਅਦ ਚੋਂ ਲੋਕਡਾਊਨ ਲੱਗੇ ਉਹ ਮੈਂ ਦਾ ਹੋ ਦਿੱਤਾ ਤੇ ਚਲੋ ਜੀ ਮਿਲਦੇ ਆਪਾਂ ਹੁਣ ਨੈਕਸਟ ਵਲੌਗ ਦੇ ਵਿੱਚ ਪਿਆਰ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਊ